ਮੋਗਾ ਪੁਲਿਸ ਦੀ ਅਨੋਖੀ ਪਹਿਲ 8 ਦਿਨਾਂ ਤੋਂ ਦਿਨ ਰਾਤ ਡਿਊਟੀ ਕਰ ਰਹੇ ਪੁਲਿਸ ਮੁਲਾਜ਼ਮਾਂ ਦੀ ਰਿਲੈਕਸੇਸ਼ਨ ਵਾਸਤੇ SPH ਰਤਨ ਸਿੰਘ ਬਰਾੜ ਨੇ ਪੁਲਿਸ ਮੁਲਾਜ਼ਮਾਂ ਨਾਲ ਪਾਇਆ ਭੰਗੜਾ। ਜਿਹੜਾ ਹੈਗਾ ਸਮਾਜਿਕ ਗੀਤਾਂ ਤੇ ਡਾਂਸ ਕਰਵਾਇਆ ਗਿਆ, ਇਹ ਕੀ ਸਾਰਾ ਮੈਟਰ ਸੀ ਸਰ? ਕੀ ਉਪਰਾਲਾ ਸੀ? ਕੀ ਉਪਰਾਲਾ ਸੀ ਤੁਹਾਡੇ ਨੂੰ? ਅਸਲ ਦੇ ਵਿੱਚ ਇਹ ਸਾਡੀ ਜਿਹੜੀ ਡਿਊਟੀ ਹੈ ਨਾ, ਬੜੀ ਲੈਂਥੀ ਡਿਊਟੀ ਹੈ। ਪਿਛਲੇ 8 ਦਿਨ ਤੋਂ ਅਸੀਂ ਸਾਰੀ ਫੋਰਸ, ਸਾਡੇ SSP ਸਾਹਿਬ ਵੀ ਲੱਗੇ ਹੋਏ ਨੇ, ਜਗਦੀਸ਼ ਸਾਹਿਬ ਵੀ ਨੇ, ਸਾਰੇ ਅਫਸਰ ਕੋਂਸਟੇਬਲ ਹੋਮਗਾਰਡ ਤੋਂ ਲੈ ਕੇ ਸਾਰੇ, ਔਰ ਬੜੀ ਇਹ ਸਟ੍ਰੈਸ ਵਾਲੀ ਡਿਊਟੀ ਹੈ ਕਿਉਂਕਿ ਡਿਊਟੀ ਦੀ ਸ਼ਿਫਟ ਬੜੀ ਲੰਬੀ ਹੈ ਸਾਡੀ, 12-12 ਘੰਟੇ ਦੀ ਸ਼ਿਫਟ ਹੈ। ਔਰ ਪੱਤਰਕਾਰ ਜਿਹੜੇ ਵੀਰ ਨੇ ਮੇਰੇ, ਉਹ ਵੀ ਸਾਰੇ ਤਕਰੀਬਨ ਸਾਡੇ ਨਾਲ ਹੀ ਹੁੰਦੇ ਆ, ਤਾਂ ਸਾਰੇ ਸਾਡਾ ਇਹ ਉਪਰਾਲਾ ਸੀ ਵੀ ਇਹਦੇ ਸਟ੍ਰੈਸ ਤੋਂ ਥੋੜ੍ਹਾ ਜਿਹਾ ਇੰਜੋਏ ਵੀ ਲੱਭੀਏ ਡਿਊਟੀ ਦੇ ਨਾਲ ਨਾਲ। ਅਸੀਂ ਇਹਦੇ ਤਾਂ ਇੱਕ ਥੋੜ੍ਹਾ 5 ਮਿੰਟ 7 ਮਿੰਟ ਇਹਦੇ 'ਤੇ ਸੌਂਗ ਲਾ ਕੇ, ਇਹ ਤਾਂ ਮੈਸੇਜ ਵੀ ਜਾਂਦਾ ਸੁਸਾਇਟੀ ਦੇ ਵਿੱਚ, ਅਤੇ ਪਲੱਸ ਜਿਹੜੀ ਹੈ ਸਾਡੀ ਫੋਰਸ ਹੈ ਉਹਦੇ ਉਹਨੂੰ ਵੀ ਐਨਰਜੀ ਮਿਲਦੀ ਹੈ। ਸਰ, ਇਹਦੇ ਸੰਬੰਧ 'ਚ ਤੁਸੀਂ ਲੋਕਾਂ ਨੂੰ ਵੀ ਕੀ ਮੈਸੇਜ ਦੇਣਾ ਚਾਹੁੰਦੇ ਹੋ? ਅਸੀਂ ਲੋਕਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਉਹ ਵੀ ਆਪਣੇ ਘਰਾਂ ਦੇ ਵਿੱਚ ਜੇ ਬੈਠੇ ਹੈ ਵਿਹਲੇ, ਤਾਂ ਕੋਈ ਐਲਬਮ ਦੇਖਣ, ਵਿਆਹ ਦੀ ਆਪਦੀ ਪੁਰਾਣੀ ਐਲਬਮ ਦੇਖਣ, ਇਸੇ ਤਰ੍ਹਾਂ ਜਿਹੜਾ ਉਹ ਵੀ ਕੋਈ ਮਿਊਜ਼ਿਕ ਲਾ ਕੇ ਡਾਂਸ ਕਰ ਸਕਦੇ ਆ। ਕੁਛ ਵੀ ਘਰ ਦੇ ਵਿੱਚ ਤਾਂ ਬਹੁਤ ਕੁਛ ਹੈ, ਬਾਹਰ ਦੇ ਵਿੱਚ ਤਾਂ ਫਿਰ ਆਪਣੀਆਂ ਇੰਨੀਆਂ ਸੰਦਾਂ ਜਿਹੜੇ ਅਸੀਂ ਇੰਨੇ ਬਾਉਂਡ ਹੈ, ਅਤੇ ਪਰ ਫਿਰ ਵੀ ਘਰ ਦੇ ਵਿੱਚ ਤਾਂ ਉਹ ਬਹੁਤ ਕੁਛ ਹੈ ਕਰਨ ਨੂੰ, ਮੈਡੀਟੇਸ਼ਨ ਕਰ ਲੈਣ, ਯੋਗਾ ਕਰ ਲੈਣ, ਰੂਟੀਨ ਦੇ TV ਦੇਖ ਲਿਆ, ਬਹੁਤ ਕੁਛ ਹੈ ਘਰ ਦੇ ਵਿੱਚ ਕਰਨ। ਸਰ, ਜਿਵੇਂ ਤੁਸੀਂ ਇਹ ਬਾਘਾ ਪੁਰਾਣਾ ਦੇ ਵਿੱਚ ਤਾਂ ਚਲੋ ਕਰਵਾਇਆ, ਤੁਸੀਂ ਹੋਰ ਬਾਕੀ ਜਿਹੜੇ ਪੁਲਿਸ ਮੁਲਾਜ਼ਮ ਜਾਂ ਹੋਰ ਸਟੇਟਸ ਦੇ ਵਿੱਚ ਹੈਗੇ ਜਾਂ ਆਸ ਪਾਸ, ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ, ਉਹ ਕਿਸ ਤਰ੍ਹਾਂ ਕਰਨਗੇ? ਬਾਕੀਆਂ ਦੀ ਇਹ ਡਿਪੈਂਡ ਹੈਗਾ, ਹੈ ਨਾ, ਜਿਹੜੇ ਵੀ ਅਫਸਰ ਲੀਡ ਕਰ ਰਹੇ ਆ, ਇਹ ਡਿਪੈਂਡ ਕਰਦਾ ਉਹਨਾਂ 'ਤੇ ਵੀ ਉਹ ਕਿਸ ਤਰ੍ਹਾਂ ਇਹਨੂੰ ਥੋੜ੍ਹੀ ਜਿਹੜੀ ਸਾਡੀ ਡਿਊਟੀ ਹੈ ਇਸ ਨੂੰ ਥੋੜ੍ਹਾ ਰਿਫਰੈਸ਼ ਕਰਨਾ ਵੀ ਅਸੀਂ ਮੰਨ ਲਓ 5-6 ਘੰਟੇ ਹੋ ਗਏ, 7 ਘੰਟੇ ਹੋ ਗਏ ਸਾਨੂੰ, ਉਸ ਤੋਂ ਬਾਅਦ ਅਸੀਂ 5 ਮਿੰਟ ਭਾਵੇਂ ਅਸੀਂ ਵਾਕ ਵੀ ਕਰ ਲਈਏ ਉਹ ਵੀ ਠੀਕ ਹੈ, ਉਹਦੇ ਨਾਲ ਵੀ ਠੀਕ ਹੈ, ਕੁਛ ਵੀ ਕਰ ਸਕਦੇ। ਫੋਰਸ ਦੀ ਥਕਾਨ ਮਿਟਾਉਣ ਦਾ ਇਹ ਤੁਹਾਡਾ ਇਨੋਵੇਟਿਵ ਤਰੀਕਾ ਸੀ? ਸਰ, ਆਪਕੋ ਕਹਾਂ ਸੇ ਆਪਕੋ ਕਹਾਂ ਸੇ ਇਹ ਆਈਡੀਆ? ਇਹ ਆਦੇਸ਼ ਕੋਈ ਨਹੀਂ ਸੀ, ਇਹ ਤਾਂ ਖੜੇ ਖੜੇ ਦੇ ਮਨ 'ਚ ਆ ਗਿਆ ਵੀ ਇੰਨੇ ਵਿਹਲੇ ਬੈਠੇ ਫੋਰਸ ਨੂੰ ਇਕੱਠਾ ਕੀਤਾ, ਉਹਨਾਂ ਤੋਂ ਪੁੱਛਿਆ ਵੀ ਕੀ ਗੱਲ ਹੈ, ਉਹ ਕਹਿੰਦੇ ਥੱਕ ਗਏ ਹਾਂ ਜੀ, ਕੋਈ ਕਹਿੰਦਾ ਅੱਕ ਗਏ ਹਾਂ ਜੀ, ਕੋਈ ਕਹਿੰਦਾ ਸਟ੍ਰੈਸ 'ਚ ਹੈ ਜੀ, ਤਾਂ ਉਸ ਕਰਕੇ ਫਿਰ ਮੈਂ ਕਿਹਾ ਵੀ ਚਲੋ ਜੇ ਤੁਹਾਨੂੰ ਇੰਨਾ ਲੱਗਦਾ ਹੈ ਤਾਂ ਆਪਾਂ ਸੌਂਗ ਲਾਈਏ ਜਿਹੜੀ, ਅਤੇ ਅਸੀਂ ਉਹਨਾਂ ਕੋਈ ਸਪੈਸ਼ਲ ਉਪਰਾਲਾ ਨਹੀਂ, ਸਿਰਫ ਉਹ ਜਿਹੜਾ ਸਾਡਾ ਹੈਗਾ ਪਬਲਿਕ ਐਡਰੈਸ ਸਿਸਟਮ ਹੈ ਉਹਦੇ 'ਚ ਅਸੀਂ ਲਾਤਾ ਸੌਂਗ ਬਈ ਤੋਂ ਮੋਬਾਈਲ ਤੋਂ, ਅਤੇ ਉਹ ਅਸੀਂ ਸੌਂਗ ਦੇ ਉੱਤੇ ਡਾਂਸ ਵੀ ਕੀਤਾ ਸਾਰਿਆਂ ਨੇ, ਉਸ ਤੋਂ ਬਾਅਦ ਚਾਹ ਵੀ ਪੀਤੀ ਹੈ ਇਕੱਠੇ, ਔਰ ਸਾਰੇ ਪੱਤਰਕਾਰ ਵੀ ਨਾਲ, ਉਹਨਾਂ ਨੇ ਵੀ ਡਾਂਸ ਕੀਤਾ, ਸਾਨੂੰ ਬੜਾ ਅੱਛਾ ਲੱਗਿਆ। ਥੈਂਕ ਯੂ। ਹਾਂਜੀ ਸਰ, ਜਿਹੜਾ ਤੁਹਾਨੂੰ ਅੱਜ ਤੁਹਾਡੇ ਅਫਸਰਾਂ ਵੱਲੋਂ ਡਾਂਸ ਕਰਵਾਇਆ ਗਿਆ, ਤੁਹਾਨੂੰ ਕਿਸ ਤਰ੍ਹਾਂ ਲੱਗਿਆ, ਕੀ ਮਕਸਦ ਸੀ ਔਰ ਕਿਸ ਤਰ੍ਹਾਂ ਇਹ ਪਲਾਨ ਬਣਿਆ? ਇਹ ਸਰ, 1 ਹਫ਼ਤੇ ਦੀ ਡਿਊਟੀ ਤੋਂ ਬਾਅਦ ਸਾਡੇ ਕਈ ਮੁਲਾਜ਼ਮ ਥਕਾਨ ਮਹਿਸੂਸ ਕਰ ਰਹੇ ਸੀ, ਇਸ ਕਰਕੇ ਉਹਨਾਂ ਨੇ ਸੋਚਿਆ ਆਪਣੇ, ਉਹਨਾਂ ਨੇ ਸਾਡੀ ਮੋਬਾਈਲ ਵੈਨ ਅਤੇ ਸਮਾਜਿਕ ਗੀਤ ਚਲਵਾਏ, ਪੱਤਰਕਾਰ ਅਤੇ ਪੁਲਿਸ ਮੁਲਾਜ਼ਮ ਨੇ ਇੰਜੋਇਮੈਂਟ ਕੀਤਾ, ਜਿਸ ਨਾਲ ਅਸੀਂ ਪੂਰਾ ਰਿਲੈਕਸ ਮਹਿਸੂਸ ਕਰ ਰਹੇ ਹਾਂ। ਅਸੀਂ SPH ਸਾਹਿਬ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਬਾਰੇ ਇੰਨਾ ਸੋਚਿਆ। ਗੁਰਬਾਣੀ ਅਖੰਡ ਬਾਣੀ ਵਾਸਤੇ ਮੋਗਾ ਤੋਂ ਜੋਗਿੰਦਰ ਸਿੰਘ ਗਿੱਲ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।